ਬਹੁਤ ਸਾਰੇ ਸਟੂਡੈਂਟ ਆਫਿਸ ਦੇ ਵਿੱਚ ਮਿਲ ਕੇ ਜਾਂਦੇ ਆ। ਇੱਕ ਬੇਸਿਕ ਚੀਜ਼ ਜਿਹੜੀ ਮੈਂ ਸਟੂਡੈਂਟ ਦੀ ਦੇਖਦਾ, ਉਹ ਇੱਕ ਨੈਗੇਟਿਵ ਮਾਈਂਡਸੈਟ ਦੇ ਨਾਲ ਆਫਿਸ ਦੇ ਵਿੱਚ ਆਉਂਦੇ ਆ। ਕਈ ਕੰਸਲਟੈਂਟ ਹੀ ਉਹਨਾਂ ਨੂੰ ਇਦਾਂ ਦੀ ਗਾਈਡੈਂਸ ਦਿੰਦੇ ਕਿ ਸਟੂਡੈਂਟ ਕਾਫੀ ਹੱਦ ਤੱਕ ਨੈਗੇਟਿਵ ਹੋ ਜਾਂਦਾ। ਸਟੂਡੈਂਟ ਸੋਚਦਾ ਕਿ ਮੇਰੇ 6 ਇੰਚ ਸਕੋਰ ਹੈ, ਮੈਂ ਇਕੱਲਾ ਕੈਨੇਡਾ ਹੀ ਅਪਲਾਈ ਕਰ ਸਕਦਾ। ਕੈਨੇਡਾ ਤੋਂ ਐਪਲੀਕੇਸ਼ਨ ਕਿਤੇ ਨਾ ਕਿਤੇ ਸਟੂਡੈਂਟ ਦੀ ਮਲਟੀਪਲ ਟਾਈਮ ਰਿਫਿਊਜ਼ ਹੋ ਜਾਂਦੀ ਹੈ। ਪਲੱਸ ਟੂ ਵਾਲੇ ਬੱਚੇ ਦੀ ਗੱਲ ਕਰਾਂ, ਕਈ ਵਾਰ ਐਪਲੀਕੇਸ਼ਨ ਟਵਾਈਸ ਔਰ ਮਲਟੀਪਲ ਟਾਈਮ ਰਿਫਿਊਜ਼ ਹੈ, ਪੜ੍ਹਾਈ ਦੇ ਵਿੱਚ ਗੈਪ ਪੈ ਜਾਂਦਾ ਆ, ਕਿਤੇ ਨਾ ਕਿਤੇ ਸਟੂਡੈਂਟ ਆਪਣਾ ਪੈਸਾ ਬਰਬਾਦ ਕਰ ਲੈਂਦਾ। ਗ੍ਰੈਜੂਏਟ ਸਟੂਡੈਂਟ ਦੀ ਗੱਲ ਕਰਾਂ, ਉਹ ਚਾਹੁੰਦਾ ਕਿ ਮੈਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਵਾਂ ਜਾਂ ਮੈਂ ਆਪਣੇ ਪਰਿਵਾਰ ਦੇ ਨਾਲ ਵੀਜ਼ਾ ਅਪਲਾਈ ਕਰਾਂ। ਬਟ ਕੁਐਸਚਨ ਇਹ ਆਉਂਦਾ ਕਿ ਵੀਜ਼ਾ ਤੇ ਗ੍ਰਾਂਟ ਹੋ ਗਿਆ, ਕੀ ਮੈਂ ਅਗਲੇ ਸਮੈਸਟਰ ਦੀ ਫੀਸ ਦੇ ਪਾਊਂਗਾ, ਕੀ ਮੈਂ ਉੱਥੇ ਰਹਿਣ ਖਾਣ ਪੀਣ ਦਾ ਖਰਚਾ ਕਰ ਪਾਊਂਗਾ। ਕਈ ਸਟੂਡੈਂਟ ਜਿਹੜੇ ਆ ਕਰਜ਼ਾ ਚੱਕ ਕੇ ਜਾਂਦੇ ਆ, ਉਹਨਾਂ ਦੇ ਦਿਮਾਗ 'ਚ ਕੁਐਸਚਨ ਹੁੰਦਾ ਕੀ ਮੈਂ ਕਰਜ਼ਾ ਮੋੜ ਪਾਊਂਗਾ ਜਾਂ ਨਹੀਂ ਮੋੜ ਪਾਊਂਗਾ। ਇਹ ਸਾਰੇ ਸਵਾਲਾਂ ਦਾ ਜਵਾਬ ਹੈ ਜੀ ਆਸਟ੍ਰੇਲੀਆ। ਮੈਂ ਮੁਬਾਰਕਬਾਦ ਦੇ ਕੇ ਸਟੂਡੈਂਟਸ ਨੂੰ ਦੱਸਣਾ ਚਾਹੂੰਗਾ ਕਿ ਆਸਟ੍ਰੇਲੀਆ ਗਵਰਨਮੈਂਟ ਦੀ ਗਾਈਡਲਾਈਨਸ ਦੇ ਅਨੁਸਾਰ ਜੋ ਨਵੀਂ ਪਾਲਿਸੀ ਅਨਾਊਂਸ ਹੋਈ ਹੈ, ਜਿਹਦੇ ਵਿੱਚ ਸਟੂਡੈਂਟ ਜਿੱਥੇ 20 ਘੰਟੇ ਕੰਮ ਕਰਦਾ ਸੀ, ਹੁਣ ਸਟੂਡੈਂਟ 40 ਘੰਟੇ ਕੰਮ ਕਰ ਸਕਦਾ ਹੈ। ਤੇ ਜਿੱਥੇ ਸਟੂਡੈਂਟ ਦੀ ਫਾਈਨੈਂਸ਼ੀਅਲ ਪਾਰਟ ਤੇ, ਫੀਸ ਪਾਰਟ ਤੇ ਜਾਂ ਐਕਸਪੈਂਸਿਸ ਪਾਰਟ ਤੇ ਜਿਹੜੇ ਟੈਨਸ਼ਨ ਸੀ, ਉਹ ਡਰ ਸੀ, ਉਹ ਆਸਟ੍ਰੇਲੀਆ ਦੀ ਗਾਈਡਲਾਈਨਸ ਨੇ ਉਹਨੂੰ ਖਤਮ ਕੀਤਾ। ਹੁਣ ਦੇਰੀ ਨਾ ਕਰੋ, ਜਿਹੜੇ ਬੱਚੇ ਪਲੱਸ ਟੂ 2020-21 ਦੇ ਵਿੱਚ ਪਾਸ ਕਰ ਚੁੱਕੇ ਆ, ਤੁਹਾਡੇ ਆਇਲਸ ਦੇ ਵਿੱਚ 6 ਬੈਂਡ ਆ, ਜਿਹੜੇ ਸਟੂਡੈਂਟ ਗ੍ਰੈਜੂਏਟ ਆ ਜਾਂ ਮਾਸਟਰ ਕਰ ਚੁੱਕੇ ਆ, 5-6 ਸਾਲ ਦਾ ਪੜ੍ਹਾਈ ਦੇ ਵਿੱਚ ਗੈਪ ਹੈ, 6-6.5 ਬੈਂਡ ਸਕੋਰ ਹੈ, ਉਹ ਡੈਫੀਨੇਟਲੀ ਆਪਣੀ ਐਪਲੀਕੇਸ਼ਨ ਆਸਟ੍ਰੇਲੀਆ ਦੇ ਲਈ ਪ੍ਰੋਸੈਸ ਕਰ ਸਕਦੇ ਆ। ਵਧੇਰੇ ਜਾਣਕਾਰੀ ਲਈ ਕਾਲ ਕਰੋ 9-1-61-9-1-60। ਧੰਨਵਾਦ।